बस आप इतना मान लीजिए बस, और कुछ नहीं, आप आ जाइए, देखिए आप चल रहे हैं हम लोग, आप आराम से चले जाएंगे टाइम से, जाके अपने सोएंगे। हां हां बैठिए बैठिए मैडम, करे होगा वो नहीं कर देंगे, एड्रेस ही पूछना जी होता है। हां जी, मैं इन्नी पुलिस फोर्स अगे पिछे हर किते लेके जांदी हुई नहीं देखी, भी जिवें मैं कोई क्राइम किया हुंदा आ। यूपी जा रही सी किसानों वास्ते और हजे तक ये भी नहीं पता कित्थे लेके जा रहे ने। मैं यूपी जा रही सी, मैनू ए पुलिस दियां गड्डियां पता नहीं कित्थे लेके जा रही ने इस टाइम ते, मेरे नाल पुलिस है अगे भी और मैनू नहीं पता है कित्थे लेके जा रही ने। बरेली तो अगे फाटक दे विचों मेरी गड्डी कढ़ी इन्हां ने, ठीक है, मेरे मेरी गड्डी दे विच भी पुलिस बैठी है इस टाइम दे उत्ते। ਤੁਸੀਂ ਦੇਖ ਰਹੇ ਹੋ ਲਿਮਿਟਡ ਗਿਆਨ ਅਤੇ ਮੈਂ ਕੁਲਵਿੰਦਰ ਸਿੰਘ। ਯੂਪੀ ਦੇ ਵਿੱਚ ਪਿਛਲੇ ਦਿਨੀ ਲਖੀਮਪੁਰ ਖੀਰੀ ਦੇ ਵਿੱਚ ਜੋ ਵੀ ਕਿਸਾਨਾਂ ਦੇ ਨਾਲ ਘਟਨਾ ਹੋਈ ਹੈ ਉਸ ਦੇ ਬਾਰੇ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ, ਜਿੱਥੇ ਸ਼ਹੀਦ ਹੋਏ ਕਿਸਾਨਾਂ ਅਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਕਿਸਾਨਾਂ ਅਤੇ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈਣ ਵਾਲੇ ਸ਼ਾਂਤੀਪੂਰਵਕ ਵਿਰੋਧ ਕਰਨ ਵਾਲੇ ਇਹਨਾਂ ਕਿਸਾਨਾਂ ਅਤੇ ਤਸੱਦਦ ਦੀ ਹੱਦ ਟੱਪ ਜਾਣ ਵਾਲੇ ਉਸ BJP ਦੇ ਲੀਡਰਾਂ ਦੇ ਖਿਲਾਫ ਵੱਡੀ ਕਾਰਵਾਈ ਕਰਵਾਉਣ ਦੇ ਲਈ ਇੱਕ ਸੰਘਰਸ਼ ਚੱਲ ਰਿਹਾ ਹੈ। ਉੱਥੇ ਇਸ ਸੰਘਰਸ਼ ਦੇ ਵਿੱਚ ਪੰਜਾਬ ਅਤੇ ਹੋਰਲੀਆਂ ਸਟੇਟਾਂ ਦੇ ਵਿੱਚੋਂ ਵੀ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਲੋਕ, ਕਿਸਾਨੀ ਸੰਘਰਸ਼ ਦੀ ਪੀੜਾ ਰੱਖਣ ਵਾਲੇ ਲੋਕ ਪਹੁੰਚ ਰਹੇ ਨੇ, ਪਰ ਇਹਨਾਂ ਨੂੰ ਪਹੁੰਚਣ ਤੋਂ ਕਿਵੇਂ ਰੋਕਿਆ ਜਾ ਰਿਹਾ, ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ, ਇਸ ਦੀ ਇੱਕ ਵੱਡੀ ਉਦਾਹਰਨ ਉਸ ਵੇਲੇ ਸਾਹਮਣੇ ਆਈ ਜਦੋਂ ਫੇਮਸ ਪੰਜਾਬੀ ਮਾਡਲ ਅਤੇ ਫਿਲਮ ਅਦਾਕਾਰਾ ਸੋਨੀਆ ਮਾਨ ਯੂਪੀ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਯੂਪੀ ਪੁਲਿਸ ਵੱਲੋਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਰਤਾਵ ਕੀਤਾ ਗਿਆ, ਇਹ ਉਹਨਾਂ ਨੇ ਇੱਕ ਲਾਈਵ ਵੀਡੀਓ ਦੇ ਰਾਹੀਂ ਸਾਰਾ ਆਪਣਾ ਤਜਰਬਾ ਸਾਂਝਾ ਕੀਤਾ, ਜਿੱਥੇ ਕਿ ਯੂਪੀ ਪੁਲਿਸ ਉਹਨਾਂ ਨੂੰ ਅਣਦੱਸੀ ਜਗ੍ਹਾ 'ਤੇ ਲੈ ਗਈ ਕਿਉਂਕਿ ਹਾਲੇ ਤੱਕ ਕੋਈ ਵੀ ਅਜਿਹਾ ਅਪਡੇਟ ਸੋਨੀਆ ਮਾਨ ਵੱਲੋਂ ਸਾਂਝਾ ਨਹੀਂ ਕੀਤਾ ਗਿਆ ਜਿੱਥੋਂ ਪਤਾ ਲੱਗ ਸਕੇ ਕਿ ਹੁਣ ਉਹ ਠੀਕ ਠਾਕ ਹਨ ਅਤੇ ਕਿੱਥੇ ਹਨ, ਕਿਉਂਕਿ ਜੋ ਲਾਸਟ ਵੀਡੀਓ ਸੋਨੀਆ ਮਾਨ ਵੱਲੋਂ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਸਾਫ਼ ਤੌਰ 'ਤੇ ਦੱਸ ਰਿਹਾ ਹੈ ਕਿਸ ਤਰ੍ਹਾਂ ਯੂਪੀ ਪੁਲਿਸ ਉਹਨਾਂ ਨੂੰ ਕਿਸੇ ਅਣਦੱਸੀ ਜਗ੍ਹਾ 'ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਦੇ ਪਿੱਛੇ ਦਾ ਕਾਰਨ ਯੂਪੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਸਿਕਿਉਰਿਟੀ ਦੇ ਲਈ ਇਸ ਤਰ੍ਹਾਂ ਕਰ ਰਹੇ ਨੇ, ਜਦਕਿ ਸੋਨੀਆ ਮਾਨ ਸਾਫ਼ ਤੌਰ 'ਤੇ ਕਹਿ ਰਹੇ ਨੇ ਕਿ ਉਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ, ਨਾ ਹੀ ਉਹਨਾਂ ਨੂੰ ਸਿਕਿਉਰਿਟੀ ਦੀ ਜ਼ਰੂਰਤ ਹੈ। ਫਿਰ ਇਸ ਤਰ੍ਹਾਂ ਦਾ ਵਰਤਾਵ ਕਿਉਂ ਕੀਤਾ ਜਾ ਰਿਹਾ ਇਹ ਸਮਝ ਤੋਂ ਬਾਹਰ ਹੈ, ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਇਸ ਤਰ੍ਹਾਂ ਦਾ ਵਰਤਾਵ ਯੂਪੀ ਪੁਲਿਸ ਕਿਸ ਦੇ ਪ੍ਰੈਸ਼ਰ ਥੱਲੇ ਕਰ ਰਹੀ ਹੈ ਜਾਂ ਫਿਰ ਇਸ ਦੇ ਪਿੱਛੇ ਉਹਨਾਂ ਦੀ ਕੀ ਮਨਸਾ ਹੈ ਉਹ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਅਤੇ ਦੋਸਤੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਸੋਨੀਆ ਮਾਨ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਹਨਾਂ ਵੀਡੀਓਜ਼ ਵੱਲ ਅਤੇ ਦੇਖਦੇ ਹਾਂ ਕਿ ਆਖਰ ਉਹਨਾਂ ਦੇ ਨਾਲ ਕੀ ਘਟਨਾ ਹੋਈ, ਕਿਸ ਤਰ੍ਹਾਂ ਸਭ ਕੁਝ ਹੋਇਆ। ਅਤੇ ਇਹ ਵੀਡੀਓ ਦੇ ਵਿੱਚ ਸੋਨੀਆ ਮਾਨ ਸਾਫ਼ ਤੌਰ 'ਤੇ ਇਹ ਵੀ ਦੱਸ ਰਹੇ ਨੇ ਕਿ ਯੂਪੀ ਪੁਲਿਸ ਦੇ ਕੁਝ ਮੁਲਾਜ਼ਮ ਉਹਨਾਂ ਦੀ ਕਾਰ ਦੇ ਵਿੱਚ ਵੀ ਬੈਠ ਗਏ ਨੇ, ਜਿੱਥੋਂ ਸਾਫ਼ ਤੌਰ 'ਤੇ ਪਤਾ ਲੱਗ ਰਿਹਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਅਰੈਸਟ ਜਾਂ ਫਿਰ ਪੁਲਿਸ ਵੱਲੋਂ ਆਪਣੀ ਕਸਟਡੀ ਦੇ ਵਿੱਚ ਰੱਖਣ ਦੀ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸੋ ਆ ਹੁਣ ਤੁਹਾਨੂੰ ਲੈ ਚੱਲਦੇ ਹਾਂ ਸੋਨੀਆ ਮਾਨ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਹਨਾਂ ਵੀਡੀਓਜ਼ ਵੱਲ। ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹੋ ਲਿਮਿਟਡ ਗਿਆਨ ਦੇ ਨਾਲ, ਅਤੇ ਨਵੇਂ ਦੋਸਤ ਵੀਡੀਓ ਦੇ ਥੱਲੇ ਦੇਖ ਰਹੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਤੋਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਨੋਟੀਫਿਕੇਸ਼ਨ ਬੈਲ 'ਤੇ ਕਲਿੱਕ ਕਰਕੇ ਆਲ ਵਾਲੀ ਆਪਸ਼ਨ ਜ਼ਰੂਰ ਸਿਲੈਕਟ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਸਾਰਿਆਂ ਨੂੰ, ਮੈਂ ਯੂਪੀ ਜਾ ਰਹੀ ਸੀਗੀ, ਮੈਨੂੰ ਇਹ ਪੁਲਿਸ ਦੀਆਂ ਗੱਡੀਆਂ ਪਤਾ ਨਹੀਂ ਕਿੱਥੇ ਲੈ ਕੇ ਜਾ ਰਹੀਆਂ ਨੇ ਇਸ ਟਾਈਮ 'ਤੇ, ਮੇਰੇ ਨਾਲ ਪੁਲਿਸ ਹੈ ਅੱਗੇ ਵੀ ਔਰ ਮੈਨੂੰ ਨਹੀਂ ਪਤਾ ਹੈ ਕਿੱਥੇ ਲੈ ਕੇ ਜਾ ਰਹੀਆਂ ਨੇ। ਬਰੇਲੀ ਤੋਂ ਅੱਗੇ ਫਾਟਕ ਦੇ ਵਿੱਚੋਂ ਮੇਰੀ ਗੱਡੀ ਕੱਢੀ ਇਹਨਾਂ ਨੇ, ਠੀਕ ਆ, ਮੇਰੀ ਗੱਡੀ ਦੇ ਵਿੱਚ ਵੀ ਪੁਲਿਸ ਬੈਠੀ ਹੈ ਇਸ ਟਾਈਮ ਦੇ ਉੱਤੇ। ਸੋ ਆਈ ਡੋਂਟ ਨੋ ਮੈਨੂੰ ਕਿੱਥੇ ਲੈ ਕੇ ਜਾ ਰਹੇ ਨੇ। ਸੋ ਮੈਂ ਇਹ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਵੀ ਜਿੱਥੋਂ ਤੱਕ ਇਹ ਮੈਸੇਜ ਜਾਵੇ, ਆਈ ਡੋਂਟ ਨੋ, ਆਈ ਐਮ ਫੀਲਿੰਗ ਵੈਰੀ ਸਕੇਅਰਡ ਰਾਈਟ ਨਾਓ ਬਿਕੋਜ਼ ਮੈਂ ਇਸ ਟਾਈਮ ਦੇ ਉੱਤੇ ਬਰੇਲੀ, ਇਹ ਕੌਣ ਸੀ ਰੋਡ ਹੈ, ਇਹ ਬਰੇਲੀ ਵਾਲੀ ਰੋਡ ਹੈ, ਬਰੇਲੀ ਤੋਂ ਆਗੇ ਫਾਟਕ ਆਤਾ ਹੈ, ਮੇਰੇ ਕੋ ਯਹਾਂ ਪੇ ਪੁਲਿਸ ਪ੍ਰਸ਼ਾਸਨ। ਆਪਕੋ ਕੋਈ ਪ੍ਰੋਬਲਮ ਨਹੀਂ, ਨਾ ਆਪਕੋ ਰੋਡ ਸੇ ਨੀਚੇ ਹਟਾਇਆ ਜਾਏਗਾ, ਹਮ ਆਪਕੋ ਕਹੀਂ ਨਹੀਂ ਲੇ ਜਾਏਂਗੇ।
कहाँ लेके जा रहे हो? जाएंगे आपको रास्ते पे छोड़ दिया जाएगा, आप चले जाएंगे, हम आपको कहीं नहीं ले जाएंगे। बट आपको किसने फोन किया हमारे बारे में? हम आपको बता देंगे किसने फोन किया, लेकिन फिलहाल आप आराम से सब करके आ जाओ, हमें अपनी ड्यूटी लगाएंगे। हम आपसे प्लीज हाथ जोड़ रहे हैं रिक्वेस्ट, क्योंकि हम डरे हुए हैं। प्लीज आप कति मत डरिए, आप बिल्कुल हमारी बहन की तरह हैं। हम आपसे वादा कर रहे हैं, आपको अपनी बहन की तरह कह रहे हैं, आप हमारी बहन की तरह हैं, और बिल्कुल ऐसा विश्वास करके कि भाई पर करके बस ये जो हम अपने ड्यूटी कर रहे हैं, हम आपको रास्ते पे छोड़ देंगे, आप अपने आप चले जाना जा जाए ठीक। इसके अलावा हम कुछ भी और एक भी इफंड बट नहीं, बस प्लीज हम आपसे इसलिए हाथ जोड़ रहे हैं, आप बिल्कुल ऐसा समझ के जैसे कि हम आपके भाई हैं और आप हमारी बहन हैं, लेकिन हम अपनी ड्यूटी कर रहे हैं। आप प्लीज आपको हमें बताइए, बस मैडम देखो हमने आपको बहन भी बताया और हम आपके भाई भी हैं, तो इससे ज्यादा कोई रिश्ता भी नहीं हो सकता और ना इससे कोई सपोर्ट हो सकता। हम आपको सपोर्ट कर रहे हैं, प्लीज अब आप देखिए मानिए आप हमारी, आप सपोर्ट करिए आराम से बिल्कुल रिलैक्स होकर, जैसा आप अपने कोई दिक्कत नहीं, हम आपके आगे आगे चल रहे हैं पूरे ठीक है ना, बिल्कुल रिलैक्स होकर। देखिए हम भाई बहन कह रहे हैं, बहन कह रहे हैं तो इससे ज्यादा और हम क्या कहेंगे, हम झूठ बोलेंगे क्या आपसे? कोई अपने बहन कहकर उसे परेशान करेगा क्या? नहीं बस आप इतना मान लीजिए बस, और कुछ नहीं, आप आ जाइए, देखिए आप चल रहे हैं हम लोग, आप आराम से चले जाएंगे टाइम से, जाकर अपने सोएंगे। मैडम करेगा ये पुलिस प्रशासन हमें कहीं लेके जा रही है, एड्रेस ही पूछना सी होटल से। हाँ जी हेलो, पुलिस फोर्स है मेरे साथ और ये मुझे नहीं पता मुझे कहाँ पे लेके जा रहे हैं, सो बस मैं ये वीडियो डाल रही हूँ, जहाँ तक भी पहुँचे जस्ट शेयर इट। सत श्री अकाल सारयां नूं, मैं इन्नी पुलिस फोर्स अगे पिछे हर किते लेके जांदी हुई नहीं देखी, भी जिवें मैं कोई क्राइम किया हुंदा आ। यूपी जा रही सी किसानों वास्ते और हजे तक ये भी नहीं पता कितने लेके जा रहे ने। ये साड़ी डेमोक्रेटिक कंट्री आ, यूपी की गवर्नमेंट एक कुड़ी नूं किस तरीके ना, हुण रात दा 3 बज चुके ने, कहिंदे ने कि सिक्योरिटी है तुहाडी और तुहाडी सिक्योरिटी वास्ते असीं वरिड हाँ और तुहानू छड्डन जा रहे हैं। मैनू किहड़ी किसे ने कुछ कहना है नहीं, पर ये मैनू नहीं जान देना चाहते, उत्थे मैनू पहुंचन नहीं जान देना चाहते, बस गल ही है। देख लो आ, देख लो उत्थे भी बेचारे ये भी बैठे हैं, उन्होंने भी तंग करके बिठाया हुआ, अगे भी पुलिस पिछे भी पुलिस, हर एक जिले दे विच बदलदे हुए पुलिस। तुसी आप दसो, हाँ ढाबे भी पी सको, हुण तुसी आपे सोचो भी मैं इट्स लाइक शेम ऑन देम, दिस इज नॉट डेमोक्रेसी, दिस इज डिक्टेटरशिप द वे दे आर ट्रीटिंग मी। कहिंदे आप कहिंदे तुहाडी सिक्योरिटी है, तुहाडी सिक्योरिटी एवें नहीं जान देवांगे, एवें नहीं जान देवांगे, ये कोई सिक्योरिटी है? कादी सिक्योरिटी चाहिए, मैनू सिक्योरिटी नहीं चाहिए, पर नहीं आपके लिए सेफ नहीं है, वापस भेजा जा रहा है। बट मैं ही कहूँगी जेडे भरा चाहते ने कि मैं उत्थे आवां, ये मैनू क्यों नहीं जान देना चाहते उत्थे, प्लीज़ मेरा समर्थन दो, क्योंकि मैं उत्थे होना चाहती सी, मैं अपने भरावान के भोग से होना चाहती सी, मैं अटेंड करना चाहती सी। कल मेरिया कुछ किसानी सभा सीगियां 11 बजे, मेरे भरा मेरी वेट करनगे, पर ये मैनू उत्थे पहुँचन नहीं देना चाहते। पता नहीं इन्हां दे दिमाग दे विच की है, कि गवर्नमेंट क्यों कर रही है इस तरीके का बर्ताव। हाँ जी, जदों कोई सच की गल करे, सच की लड़ाई लड़े, उदों इस तरीके दे नाल बिहेव करते हैं। मतलब मैं यह जहाँ गुंडाराज यहोजी डिक्टेटरशिप कित नहीं देखी कि जे किसी के नाल इस तरीके दे नाल बिहेव किया जाए, जबरदस्ती किसी नूं भेजा जाए। मैं यही बेनती करती हाँ सारयां नूं, किसानां दा साथ दो, आवाज चुको, और जैसे कि ना अज मेरे नाल होया है, सोचो मेरे को बॉर्डर के आगे तक छोड़ के आ रहे हैं, ये चाहते ही नहीं कि मैं यूपी जाऊं।